ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਆ ਤੁਹਾਡੇ ਸਾਰਿਆਂ ਦੇ? ਹੋਪਫੁਲੀ ਤੁਸੀਂ ਆਪਣੇ ਆਪਣੇ ਸਾਰੇ ਘਰ ਠੀਕ ਹੋਵੋਗੇ। ਅਤੇ ਅੱਜ ਹੈ 13 ਜੂਨ ਅਤੇ 29 ਮਈ 2022 ਨੂੰ ਇੱਕ ਬਹੁਤ ਹੀ ਮੰਦਭਾਗਾ ਦਿਨ ਚੜ੍ਹਿਆ ਸੀਗਾ, ਜੋ ਕਿ ਸਾਡੀ ਸਿਰਫ ਸੰਗੀਤ ਜਗਤ ਲਈ ਨਹੀਂ ਬਲਕਿ ਪੂਰੇ ਪੰਜਾਬ ਲਈ, ਆ ਤਾਂ ਮੈਂ ਕਹੂੰਗਾ ਪੂਰੇ ਹਿੰਦੁਸਤਾਨ ਲਈ, ਬਹੁਤ ਮਾੜਾ ਦਿਨ ਸੀ। ਸ਼ੁਭਦੀਪ ਸਿੰਘ ਸਿੱਧੂ ਜਾਂ ਫਿਰ ਸਿੱਧੂ ਮੂਸੇਵਾਲਾ, ਤੁਸੀਂ ਚਾਹੇ ਉਹਦੇ ਗਾਣੇ ਸੁਣੇ ਹੋਣ ਜਾਂ ਨਾ ਸੁਣੇ ਹੋਣ, ਜਾਂ ਤੁਸੀਂ ਉਹਦੇ ਫੈਨ ਹੋ ਜਾਂ ਨਾ ਹੋਵੋ, ਆਪਾਂ ਇੱਕ ਗੱਲ 'ਤੇ ਤਾਂ ਜ਼ਰੂਰ ਐਗਰੀ ਕਰ ਸਕਦੇ ਹਾਂ ਕਿ ਇਹ ਜਿਹੜਾ ਬੰਦਾ ਸੀ, ਇਹਨੂੰ ਆਪਾਂ ਸਾਰਿਆਂ ਨੇ ਫਰੋਮ 0 to sky ਜਾਂਦੇ ਹੋਏ ਦੇਖਿਆ। ਅਤੇ 29 ਮਈ 2022 ਨੂੰ ਬਹੁਤ ਹੀ ਦਰਦਨਾਕ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ। ਇਹ ਬਹੁਤ ਹੀ ਜ਼ਿਆਦਾ ਖਰਾਬ ਗੱਲ ਹੋਈ ਹੈ ਜੋ ਕਿ ਪੰਜਾਬ ਦੇ ਵਿੱਚ ਹੋਈ ਹੈ। ਅਤੇ ਥੋੜ੍ਹੇ ਟਾਈਮ ਪਹਿਲਾਂ ਹੀ ਮੈਂ ਸੁਣਿਆ ਸੀਗਾ, ਇੱਕ ਕਬੱਡੀ ਪਲੇਅਰ ਹੈ, ਉਹਨੂੰ ਵੀ ਇੱਦਾਂ ਹੀ ਦਿਨ ਦਿਹਾੜੇ ਗੈਂਗਸਟਰਸ ਨੇ ਮਾਰਤਾ ਸੀਗਾ। ਅੱਜ ਦੀ ਇਹ ਵੀਡੀਓ ਹੈ ਕਿ ਜਦੋਂ ਸਾਨੂੰ ਰਾਹ 'ਚ ਜਾਂਦੇ ਹੋਏ, ਮਤਲਬ ਆਪਾਂ ਉਸ ਦਿਨ ਦਿੱਲੀ ਜਾ ਰਹੇ ਸੀਗੇ, ਅਤੇ ਦਿੱਲੀ ਜਾਂਦੇ ਹੋਏ ਸਾਨੂੰ ਉਹ ਰਸਤੇ ਦੇ ਵਿੱਚ ਖਬਰ ਆਈ ਸੀਗੀ ਕਿ ਵੀ ਸਿੱਧੂ ਮੂਸੇਵਾਲੇ ਨੂੰ ਇੱਦਾਂ ਇੱਦਾਂ ਕਰਕੇ ਮਾਰ ਦਿੱਤਾ ਗਿਆ ਹੈ। ਅਤੇ ਪਹਿਲਾਂ ਤਾਂ ਮੈਂ ਇਹ ਵੀਡੀਓ ਪਾਉਣਾ ਨਹੀਂ ਸੀ ਚਾਹੁੰਦਾ, ਕਿਉਂਕਿ ਪਹਿਲੀ ਗੱਲ ਤਾਂ ਐਸਾ ਪੈਸੇ ਨਹੀਂ ਕਮਾਉਣੇ ਇਹਦੇ ਵਿੱਚੋਂ, ਨਾ ਹੀ ਇੱਦਾਂ ਦਾ ਕੁਛ ਐਸਾ ਟੋਪਿਕ ਹੈ ਜਿਹਦੇ ਬਾਰੇ ਮਤਲਬ ਐਜ਼ ਅ ਵਲੋਗਰ ਜਾਂ ਐਜ਼ ਅ ਕੰਟੈਂਟ ਡਿਜੀਟਲ ਕੰਟੈਂਟ ਕ੍ਰੀਏਟਰ ਸਾਨੂੰ ਕੋਈ ਗੱਲ ਕਰਨੀ ਚਾਹੀਦੀ ਆ। ਬਟ ਇਹ ਹੁਣ ਮੁੱਦਾ ਪੂਰੇ ਪੰਜਾਬ ਦਾ ਹੀ ਹੋ ਗਿਆ ਹੈ। ਅਤੇ ਪਹਿਲੀ ਗੱਲ ਤਾਂ ਕਿ ਇਹ ਵੀਡੀਓ ਦੇ ਉੱਤੇ ਆਪਾਂ ਮੋਨੇਟਾਈਜੇਸ਼ਨ ਤਾਂ ਜ਼ਰੂਰ ਔਨ ਕਰਕੇ ਰੱਖਾਂਗੇ, ਔਫ ਨਹੀਂ ਕਰਾਂਗੇ, ਬਟ ਇਹ ਵੀਡੀਓ ਜਿੰਨੇ ਵੀ ਪੈਸੇ ਅਗਰ ਕਮਾਏਗੀ ਉਹਨੂੰ ਆਪਾਂ ਖਾਲਸਾ ਏਡ 'ਤੇ ਡੋਨੇਟ ਕਰਾਂਗੇ, ਅਤੇ ਇਹੀ ਸਾਡੀ ਜਿਹੜੀ ਹੈ ਸ਼ਰਧਾਂਜਲੀ ਹੋਏਗੀ ਸਿੱਧੂ ਮੂਸੇਵਾਲੇ ਨੂੰ। ਪਹਿਲਾਂ ਮੈਂ ਸੋਚਿਆ ਸੀਗਾ ਕਿ ਯੂਟਿਊਬ ਦੇ ਉੱਤੇ ਫੰਡ ਰੇਜ਼ਰ ਜਿਹੜਾ ਆ ਉਹ ਔਨ ਕਰ ਦੂੰਗਾ, ਕਿਉਂਕਿ ਉਹ ਸਿੱਧਾ ਹੀ ਫਿਰ ਡੋਨੇਟ ਹੋ ਜਾਂਦਾ, ਯੂਟਿਊਬ ਦੀ ਮਨੀ ਜਿਹੜੀ ਕਲੈਕਟ ਹੁੰਦੀ ਆ ਉਹ ਆਪਣੇ ਆਪ ਹੀ ਯੂਟਿਊਬ ਜੋ ਫੰਡ ਰੇਜ਼ਰ ਵਾਲੀ NGO ਹੁੰਦੀ ਉਹਨੂੰ ਆਪਣੇ ਆਪ ਹੀ ਉਹ ਦਿੰਦੇ ਆ। ਬਟ ਫਿਰ ਮੇਰੀ ਯੂਟਿਊਬ ਦੇ ਨਾਲ ਗੱਲ ਹੋਈ, ਕਨਵਰਸੇਸ਼ਨ ਹੋਈ ਕਾਫੀ ਦੇਰ, ਅਤੇ ਉਹਨਾਂ ਨੇ ਕਿਹਾ ਕਿ ਸਿਰਫ US, ਕੈਨੇਡਾ ਅਤੇ UK ਦੇ ਵਿੱਚ ਫੰਡ ਰੇਜ਼ਰ ਦਾ ਜਿਹੜਾ ਆਪਸ਼ਨ ਆ ਉਹ ਅਵੇਲੇਬਲ ਆ, ਅਜੇ ਇੰਡੀਆ ਦੇ ਵਿੱਚ ਅਵੇਲੇਬਲ ਨਹੀਂ ਹੈ, ਅਤੇ ਬਹੁਤ ਸਾਰੇ ਐਸੇ ਕੰਟਰੀ ਆ ਜਿਨ੍ਹਾਂ ਦੇ ਵਿੱਚ ਅਵੇਲੇਬਲ ਨਹੀਂ ਹੈ। ਸੋ ਆਪਾਂ ਇਹ ਡਿਸਾਈਡ ਕੀਤਾ ਕਿ ਆਪਾਂ ਇਸ ਵੀਡੀਓ ਦੇ ਉੱਤੇ ਮੋਨੇਟਾਈਜੇਸ਼ਨ ਔਨ ਰੱਖਾਂਗੇ, ਅਤੇ ਜੋ ਵੀ ਇਸ ਵੀਡੀਓ ਦੇ ਵਿੱਚ ਪੈਸੇ ਕਮਾਏ ਜਾਣਗੇ ਉਹ ਆਪਾਂ ਖਾਲਸਾ ਏਡ ਨੂੰ ਡੋਨੇਟ, ਉਹਦੇ ਵਿੱਚ ਥੋੜ੍ਹੀ ਐਡੀਸ਼ਨ ਕਰਕੇ ਆਪਾਂ ਖਾਲਸਾ ਏਡ ਨੂੰ ਡੋਨੇਟ ਕਰਾਂਗੇ। ਸੋ ਅੱਜ ਦੀ ਜਿਹੜੀ ਵੀਡੀਓ ਹੈ ਸ਼ੂਟ ਕੀਤੀ ਗਈ ਸੀ 29 ਮਈ ਦੀ ਸਵੇਰ ਤੋਂ ਹੀ, ਅਤੇ 29 ਮਈ ਦੀ ਸਵੇਰ ਤੋਂ ਹੀ ਅਸੀਂ ਮਤਲਬ ਵਲੋਗ ਸ਼ੂਟ ਕਰ ਰਹੇ ਸੀ, ਜੋ ਸਾਡਾ ਰੈਗੂਲਰ ਵਲੋਗ ਆਪਾਂ ਕਰ ਰਹੇ ਸੀਗੇ ਕਿ ਆਪਾਂ ਇੱਦਾਂ ਇੱਦਾਂ ਕਰਕੇ ਜਾ ਰਹੇ ਹਾਂ, ਅਤੇ ਬਸ ਉਹਦੇ ਰਿਕਾਰਡਿੰਗ ਹੀ ਹੈ, ਅਤੇ ਕਿੱਦਾਂ ਸਾਨੂੰ ਪਤਾ ਲੱਗਾ ਸਿੱਧੂ ਮੂਸੇਵਾਲੇ ਦੀ ਡੈਥ ਦਾ। ਸੋ ਕੰਟੀਨਿਊ ਕਰਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਆ ਤੁਹਾਡੇ ਸਾਰਿਆਂ ਦੇ? ਇਹ ਇੱਕ ਅਲੱਗ ਤਰੀਕੇ ਦਾ ਵਲੌਗ ਹੋਣ ਵਾਲਾ ਆ। ਆਪਾਂ ਨਿਕਲ ਚੁੱਕੇ ਹਾਂ ਦਿੱਲੀ ਲਈ, ਅਤੇ ਮੇਰੀ ਕੁਛ ਬਿਜ਼ਨਸ ਮੀਟਿੰਗਸ ਹੈਗੀਆਂ ਉੱਥੇ। ਅੱਜ ਸੰਡੇ ਆ, ਕੱਲ੍ਹ ਮੰਡੇ ਨੂੰ ਇੱਕ ਮੀਟਿੰਗ ਆ, ਇੱਕ ਟਿਊਜ਼ਡੇ ਮੀਟਿੰਗ ਆ, ਅਤੇ ਆਪਾਂ ਇਹ 2 ਦਿਨ ਦੀ ਸੀਰੀਜ਼ ਬਣਾਵਾਂਗੇ ਛੋਟੇ ਛੋਟੇ ਵਲੌਗਸ ਦੀ, ਕਿ ਆਪਾਂ ਪੂਰੇ ਦਿਨ ਦੇ ਵਿੱਚ ਦਿੱਲੀ ਦੇ ਵਿੱਚ ਕੀ ਕੀਤਾ। ਸੋ ਜੁੜੇ ਰਹੋ ਨਾਲ, ਆਪਾਂ ਮਿਲਦੇ ਹਾਂ ਤੁਹਾਨੂੰ ਅੱਗੇ। ਸਤਿ ਸ਼੍ਰੀ ਅਕਾਲ ਬੱਚੇ ਬੜੇ ਮੋਟੀ ਅੱਜ ਕੱਲ ਤੇ। ਸੈਨੂਰ ਦੀ ਆਪਾਂ ਪਿੱਛੇ ਸੀਟ ਲਈ ਸੀ, ਇਹ ਮੈਡਮ ਖੁਸ਼ ਲੱਗੇ ਫੇਰ ਆ ਗਏ। ਘੰਟਾ ਘੰਟਾ ਵੀ, ਅੱਧਾ ਘੰਟਾ ਅਸੀਂ ਬੈਠੀ ਪਿੱਛੇ, ਅੱਧਾ ਪੌਣਾ ਘੰਟਾ ਬੈਠੀ, ਅੱਧਾ ਘੰਟਾ ਘੰਟਾ ਬੈਠੀ। ਸਹੀ ਤਰ੍ਹਾਂ ਮੂੰਹ ਬਣਾਈ, ਇਦਾਂ ਨਹੀਂ ਕਰੀਦਾ ਹੁੰਦਾ, ਸਹੀ ਤਰ੍ਹਾਂ ਬੋਲੋ। ਆ ਦੇਖ ਲਓ, ਆ ਸੈਨੂਰ ਆ, ਇਹ ਬਹੁਤ ਹੀ ਗੰਦਾ ਬੱਚਾ ਆ, ਬੈਡ ਗਰਲ ਆ। ਦੇਖੋ ਦੇਖੋ ਸੈਨੂਰ ਨੂੰ, ਸੈਨੂਰ ਨੂੰ ਛੁੱਟੀਆਂ ਪੈ ਗਈਆਂ ਸੀ, ਫਿਰ ਆਪਾਂ ਸੋਚਿਆ ਕਿ ਕੀ ਕਰਨਾ ਘਰ ਵੀ, ਹੈ ਨਾ, ਥੋੜ੍ਹਾ ਘੁੰਮ ਫਿਰ ਆਉਂਦੇ। ਅਤੇ ਮੈਂ ਸੋਚ ਰਹੀ ਹਾਂ ਪਰਸਨਲੀ ਕਿ ਆਪਾਂ ਥੋੜ੍ਹੇ ਦੇਖਾਂਗੇ, ਅਗਰ ਮਾਹੌਲ ਬਣਿਆ ਮੇਰਾ ਇੱਦਾਂ ਦਾ, ਅਤੇ ਆਪਾਂ ਮਿਲਾਂਗੇ ਦਿੱਲੀ 'ਚ ਜਾ ਕੇ। ਫਿਲਹਾਲ ਅੱਜ ਤਾਂ ਆਪਾਂ ਸਿਰਫ ਜਾ ਰਹੇ ਹਾਂ, ਅਤੇ ਬਸ ਜਾ ਹੀ।
ਤੇਰਾ ਬੈਣਾ ਸਾਨੂੰ ਬੋਲਦੇ ਬੋਲਦੇ ਤੇ ਇਹ ਸਿਰਫ ਸਾਡਾ ਟਰੈਵਲ ਡੇ ਆ ਜਗ੍ਹਾ ਆ ਖਾਣ ਪੀਣ ਵਾਸਤੇ ਜਿਹੜੀ ਬਹੁਤ ਵਧੀਆ ਆ ਆਪਾਂ ਲਾਸਟ ਟਾਈਮ ਜਦੋਂ ਆਏ ਸੀ ਬਲਾਸੀ ਗਏ ਸੀ ਉਦੋਂ ਆਪਾਂ ਅਤੇ ਉਦੋਂ ਹੀ ਆਪਾਂ ਲਾਸਟ ਟਾਈਮ ਆਏ ਸੀ ਸਾਡਾ ਸਪੈਸ਼ਲੀ ਕੋਈ ਚੱਕਰ ਲੱਗਦਾ ਹੀ ਨੀਗਾ ਲੁਧਿਆਣੇ ਵੱਲ ਤੁਹਾਡਾ ਹੀ ਲੱਗਦਾ ਲੈ ਵੀ ਕਦੋਂ ਆਉਂਦੇ ਮੈਨੂੰ ਝੂਲਾ ਲੱਗਾ ਝੂਲੇ ਤੋਂ ਡਿੱਗ ਪਈ ਜਿਹਦੇ ਕਰਕੇ ਕੀ ਹੈ ਤੇਲ ਮੋਹਨ ਦੇ ਸੱਟ ਲੱਗੀ ਮੰਮਾ ਬੈਲਟ ਨੀ ਪਾਉਂਦੀ ਪੀ ਪੈ ਰਹੀ ਸੈਨੂਰ ਦੀ ਰਵਨੀਤ ਇਸ ਟਾਈਮ ਬੈਲਟ ਲਗਾ ਰਹੀ ਹੈ ਉਹਦੀ ਜਿਹੜੀ ਬੇਬੀ ਚੇਅਰ ਦੀ ਬੈਲਟ ਲਗਾਤੀ ਹੁਣ ਬੈਲਟ ਦਿੱਲੀ ਤੋਂ ਜਲੰਧਰ ਦਾ ਸਫ਼ਰ ਨਾ ਹੁਣ ਮੈਨੂੰ ਕਰਨਾ ਪਸੰਦ ਨਹੀਂ ਹੈ ਪਿੱਛੇ ਜਿਹੇ ਚੰਗਾ ਭਲਾ ਜਲੰਧਰ ਦੇ ਵਿੱਚ ਏਅਰਪੋਰਟ ਸ਼ੁਰੂ ਹੋ ਗਿਆ ਸੀਗਾ ਮਤਲਬ ਆਦਮਪੁਰ ਦੇ ਵਿੱਚ ਅਤੇ ਉੱਥੋਂ ਵਧੀਆ ਫਲਾਈਟ ਚੱਲਦੀ ਹੁੰਦੀ ਸੀਗੀ ਮਤਲਬ 55 ਮਿੰਟ ਦੀ ਫਲਾਈਟ ਹੁੰਦੀ ਸੀਗੀ ਸਾਡੇ ਕੋਲ ਆਲਰੇਡੀ ਜਿਹੜੀ ਗੱਡੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਇੱਕ ਗੱਡੀ ਮੇਰੇ ਕੋਲ ਹੈਗੀ ਆਲਰੇਡੀ ਅਤੇ ਇੱਥੋਂ ਜਾਈਦਾ ਸੀਗਾ ਚੁੱਪ ਕਰਕੇ ਫਲਾਈਟ ਲਈ ਦੀ ਉੱਥੇ ਜਾਈਦਾ ਸੀਗਾ ਉਹ ਗੱਡੀ ਉਹ ਵੀ ਘੁੰਮਾਈ ਦੀ ਉੱਥੇ ਕਿਤੇ ਨਾਲੇ ਉਹ CNG ਗੱਡੀ ਆ ਸਸਤੀ ਵੀ ਪੈਂਦੀ ਆ ਅਤੇ ਹੁਣ ਕੀ ਆ ਕਿ ਇੱਥੋਂ ਦੀ ਪਹਿਲਾਂ 6 ਘੰਟੇ ਦਾ ਡਰਾਈਵ ਕਰਕੇ ਦਿੱਲੀ ਜਾਓ ਫਿਰ ਉੱਥੇ ਜਾ ਕੇ ਦੁਬਾਰਾ ਇੱਧਰ ਉੱਧਰ ਉੱਧਰ ਘੁਮਾਓ ਗੱਡੀ ਉੱਧਰ ਘੁਮਾਓ ਬੜਾ ਔਖਾ ਲੱਗਦਾ ਹੁੰਦਾ ਇਹ ਤੋਂ ਜਗ੍ਹਾ ਤਾਂ ਇਹ ਸੀਗਾ ਵੀ 4-5 ਹਜ਼ਾਰ ਦਾ ਡੀਜ਼ਲ ਤਾਂ ਪੈਂਦਾ ਹੀ ਆ ਯਾਰ ਗੱਡੀ ਦੇ ਵਿੱਚ ਹੈ ਨਾ ਅਤੇ ਉਸ ਤੋਂ ਜਗ੍ਹਾ ਤਾਂ ਇਹ ਸੀਗਾ ਕਿ ਵੀ ਆਪਾਂ 2500 ਦੀ ਜਹਾਜ਼ ਦੀ ਟਿਕਟ ਸੀਗੀ 2500 ਦੀ ਜਹਾਜ਼ ਦੀ ਟਿਕਟ ਖਰਚ ਕੇ 55 ਮਿੰਟ 'ਚ ਅਸੀਂ ਜਲੰਧਰੋਂ ਦਿੱਲੀ ਪਹੁੰਚੀਦਾ ਸੀਗਾ ਅਤੇ 50 ਪਤਾ ਨਹੀਂ ਕਿਉਂ ਇੱਦਾਂ ਹੁੰਦਾ ਕਿ 50 ਮਿੰਟ 'ਚ ਦਿੱਲੀ ਤੋਂ ਜਲੰਧਰ ਪਹੁੰਚੀਦਾ ਸੀਗਾ ਜਾਂ ਦਿੱਲੀ ਤੋਂ ਮਤਲਬ ਟੋਟਲ ਕਹਿ ਲਓ 1.5 ਘੰਟੇ ਦੇ ਵਿੱਚ ਅਸੀਂ ਆਪਣੇ ਘਰ ਪੁੱਜਦਾ ਸੀਗਾ ਜੀ ਸੈਨੂਰ ਪੁੱਤਰ ਸੋ ਗਿਆ ਹੈ ਪਹਿਲਾਂ ਸੈਨੂਰ ਸੋ ਗਈ ਸੀ ਗੋਦੀ ਵਿੱਚ ਹੀ ਕਿੰਨੀ ਦੇਰ ਬੈਠੀ ਰਹੀ ਮੇਰੀ ਗੋਦੀ 'ਚ ਮਤਲਬ ਲੇਟੀ ਰਹੀ ਪਰ ਫਿਰ ਮੇਰੀ ਬੱਸ ਹੋ ਗਈ ਮੈਂ ਕਿਹਾ ਹੁਣ ਮੇਰੇ ਦਰਦ ਹੋਣ ਲੱਗ ਗਈ ਹੈ ਬਹੁਤ ਜ਼ਿਆਦਾ ਕਿਉਂਕਿ ਸਿੱਧਾ ਟੇਲ ਬੋਨ 'ਤੇ ਪ੍ਰੈਸ਼ਰ ਪੈਂਦਾ ਟੇਲ ਬੋਨ ਵੀ ਨਹੀਂ ਐਕਚੁਲੀ ਉਹਦੇ ਲਾਗੇ ਛਾਗੇ ਪ੍ਰੈਸ ਹੋ ਜਾਂਦਾ ਨਾ ਜਦੋਂ ਫਿਰ ਪੇਨ ਹੋਣ ਲੱਗ ਜਾਂਦੀ ਹੈ ਅੱਧਾ ਘੰਟਾ ਮੈਂ ਗੋਦੀ 'ਚ ਬਿਠਾਇਆ ਇਹਨੂੰ ਮੇਰੀ ਬੱਸ ਹੋ ਗਈ ਫਿਰ ਮੈਂ ਕਿਹਾ ਨਹੀਂ ਹੁਣ ਇਹਨੂੰ ਪਾਓ ਪਿੱਛੇ ਫਿਰ ਲੰਬੀ ਵੀ ਹੋ ਗਈ ਹੈ ਨਾ ਉਹਨੇ ਤਾਂ ਸਟੇਅਰਿੰਗ 'ਤੇ ਪੈਰ ਆਉਂਦਾ ਫਿਰ ਇਹਦਾ ਹੁਣ ਆਪਾਂ ਪਹੁੰਚ ਚੁੱਕੇ ਹਾਂ ਕਰਨਾਲ ਪਹੁੰਚਣ ਵੇਲੇ ਆਲਮੋਸਟ ਕਰਨਾਲ ਪਹੁੰਚ ਚੱਲੇ ਹਾਂ ਕਿੰਨੇ ਵਜੇ ਆਪਾਂ ਪਹੁੰਚਣਾ ਗੱਡੀ ਤਾਂ ਕਹਿੰਦੀ ਹੈ ਵੀ 10 ਵਜੇ ਪਹੁੰਚੂਗੇ ਗੱਡੀ ਦੇ ਅਕੋਰਡਿੰਗ ਆਪਾਂ 10 ਕੁ ਵਜੇ ਪਹੁੰਚਣਾ ਹੈ ਦਿੱਲੀ ਮੇਰੇ ਖਿਆਲ ਨਾਲ ਜਲਦੀ ਹੋਪਫੁਲੀ ਜਲਦੀ ਪਹੁੰਚ ਜਾਂਦੇ ਨੇ ਸਾਡੇ 9 ਵਜੇ ਤੱਕ ਲੈਟਸ ਸੀ ਕਿ ਆਪਾਂ ਪਹੁੰਚ ਪਾਉਂਦੇ ਕਿ ਨਹੀਂ ਸੋ ਆਪਾਂ ਸਾਰੇ ਜਿਹੜੇ ਕਮੈਂਟਸ ਆਉਂਦੇ ਆ ਸਾਨੂੰ ਹੈ ਨਾ ਅਸੀਂ ਉਹ ਸਾਰੇ ਰੀਡ ਕਰਦੇ ਹਾਂ ਅਤੇ ਉਹਦੇ ਵਿੱਚ ਇੱਕ ਕਮੈਂਟ ਆਉਂਦਾ ਹੁੰਦਾ ਜਦੋਂ ਵੀ ਅਸੀਂ ਕਿਤੇ ਟਰੈਵਲ ਕਰ ਰਹੇ ਹੁੰਦੇ ਹਾਂ ਉਹਦੇ ਵਿੱਚ ਇੱਕ ਕਮੈਂਟ ਆਉਂਦਾ ਹੁੰਦਾ ਕਿ ਉਹਨੇ ਫੇਰ ਘੁੰਮਣ ਚੱਲੇ ਆ ਫਿਰ ਇਹਨਾਂ ਨੇ ਬਿਮਾਰ ਹੋ ਜਾਣਾ ਫਿਰ ਇਹਨਾਂ ਨੂੰ ਕਰੋਨਾ ਆ ਜਾਣਾ ਇਹ ਉਹ ਫੇਰ ਹੋ ਕੇ ਵੀਡੀਓ ਪਾਓਗੇ ਅਸੀਂ ਤੁਹਾਡੇ ਇਸ ਕੰਸਰਨ ਨੂੰ ਬੜਾ ਮਾਣ ਰੱਖਦੇ ਹਾਂ ਕਿ
ਤੁਸੀਂ ਇੱਦਾਂ ਸੋਚਦੇ ਆ ਕਿ ਅਗਰ ਅਸੀਂ ਘੁੰਮਣ ਜਾਂਦੇ ਫਿਰ ਆਪਾਂ ਬਿਮਾਰ ਹੋ ਜਾਵਾਂਗੇ ਬਟ ਉਹਦੇ ਪਿੱਛੇ ਇਹੀ ਆ ਕਿ ਅਗਰ ਚਲੋ ਠੀਕ ਆ ਉਸ ਚੀਜ਼ ਦਾ ਆਪਾਂ ਮਾਣ ਰੱਖਦੇ ਕਿ ਤੁਸੀਂ ਸਾਡੀ ਕੇਅਰ ਕਰਦੇ ਕਿ ਹਾਂ ਵੀ ਕੀ ਹੋ ਸਕਦਾ ਬਿਮਾਰ ਹੋ ਜਾਣ ਬਟ ਦੇਖੋ ਕੋਵਿਡ ਇੱਕ ਬਿਮਾਰੀ ਆ ਜਿਹੜੀ ਹੁਣ ਸ਼ੁਰੂ ਹੋਈ ਆ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਸੀਗੀਆਂ ਠੀਕ ਹੈ ਨਾ ਕਿੰਨੀਆਂ ਸਾਰੇ ਪੈਂਡੈਮਿਕ ਉਸ ਤੋਂ ਪਹਿਲਾਂ ਵੀ ਆਏ ਹੋਏ ਸਾਰਸ ਆਇਆ ਮਰਸ ਆਇਆ ਕੋਰੋਨਾ ਵਾਇਰਸ ਇੱਕ ਵਾਰੀ ਤਾਂ ਨਹੀਂ ਨਿਕਲਿਆ ਬਾਰ ਬਾਰ ਨਿਕਲਿਆ ਉਦੋਂ ਕਿਆ ਆਪਾਂ ਬਾਹਰ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਜਦੋਂ ਬਰਡ ਫਲੂ ਫੈਲਦਾ ਸੀਗਾ ਕਿਆ ਤੁਸੀਂ ਉਸ ਵੇਲੇ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਜਦੋਂ ਸਵਾਈਨ ਫਲੂ ਫੈਲਿਆ ਸੀਗਾ ਉਦੋਂ ਕਿਆ ਤੁਸੀਂ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਰੋਜ਼ ਮਤਲਬ ਸਾਡੇ ਹਰ ਸਾਲ ਸਾਡੇ ਇੰਡੀਆ ਦੇ ਵਿੱਚ ਹੀ ਕੋਵਿਡ ਨਾਲੋਂ ਜ਼ਿਆਦਾ ਕੇਸ ਇਸ ਟਾਈਮ ਵੀ ਇਨਫਲੂਐਂਜ਼ਾ ਵਾਇਰਸ ਦੇ ਫੈਲਦੇ ਆ ਇਹ ਕਿਸੇ ਨੂੰ ਪਤਾ ਨਹੀਂ ਹੋਣਾ ਜਿਹਨੂੰ ਆਪਾਂ ਨੋਰਮਲ ਵਾਇਰਲ ਫੀਵਰ ਕਹਿੰਦੇ ਹਾਂ ਉਹ ਇਨਫਲੂਐਂਜ਼ਾ ਵਾਇਰਸ ਕਰਕੇ ਫੈਲਦਾ ਆ ਪਰ ਉਹਦੀ ਵਾਰੀ ਤਾਂ ਆਪਾਂ ਇੱਦਾਂ ਨਹੀਂ ਕਹਿੰਦੇ ਕਿ ਵੀ ਆਪਾਂ ਘੁੰਮਣ ਚੱਲੇ ਕਿਤੇ ਬਿਮਾਰ ਹੋ ਜਾਣਾ ਕਦੀ ਵੀ ਆਪਾਂ ਇਹ ਸੋਚ ਕੇ ਬਾਹਰ ਥੋੜ੍ਹੀ ਨਿਕਲਦੇ ਕਿ ਹਾਏ ਵੀ ਬਿਮਾਰ ਹੋ ਜਾਣਾ ਬਿਮਾਰ ਤਾਂ ਬੰਦਾ ਨੈਚੁਰਲੀ ਹੋ ਜਾਂਦਾ ਉਹਦਾ ਕੋਈ ਚੱਕਰ ਨਹੀਂ ਹੁੰਦਾ ਬਟ ਇਹ ਆ ਕਿ ਚਲੋ ਅਗਰ ਬਿਮਾਰੀ ਤੋਂ ਡਰ ਕੇ ਆਪਾਂ ਘਰ ਦੇ ਵਿੱਚ ਬਹਿ ਜਾਈਏ ਤਾਂ ਫਿਰ ਆਪਾਂ ਇਸ ਦੁਨੀਆਂ ਦੇ ਵਿੱਚ ਆਪਾਂ ਆਏ ਕਾਹਨੂੰ ਅਗਰ ਇਸ ਦੁਨੀਆਂ ਦੇ ਵਿੱਚ ਆ ਕੇ ਆਪਾਂ ਐਕਸਪਲੋਰ ਨਹੀਂ ਕਰ ਸਕਦੇ ਕਿੱਥੇ ਦੇਖ ਨਹੀਂ ਸਕਦੇ ਇਸ ਦੁਨੀਆਂ ਨੂੰ ਕਿ ਦੁਨੀਆਂ ਕਿਤੇ ਵੱਸਦੀ ਆ ਕਿ ਕੀ ਹੈਗਾ ਦੁਨੀਆਂ ਦੇ ਵਿੱਚ ਤਾਂ ਕੀ ਫਾਇਦਾ ਤੁਸੀਂ ਘਰ ਦੇ ਅੰਦਰ ਥੋੜ੍ਹੀ ਬਹਿਣ ਆਈ ਆ ਦੁਨੀਆਂ ਦੇ ਵਿੱਚ ਅਤੇ ਬਾਕੀ ਜਿਹਦਾ ਕਹਿੰਦੇ ਨਾ ਕਿ ਕਿਸਮਤ ਦੇ ਵਿੱਚ ਲਿਖਿਆ ਹੋਇਆ ਸਾਡੇ ਘੁੰਮਣਾ ਲਿਖਿਆ ਹੋਇਆ ਜਿਹਦੇ ਜਿਹਨੂੰ ਕਿਸਮਤ ਦੇ ਵਿੱਚ ਜੋ ਹੋਣਾ ਆ ਜਿਹਦੇ ਭਾਣੇ 'ਚ ਜੋ ਲਿਖਿਆ ਆ ਉਹਨੂੰ ਉਹ ਭਾਣਾ ਮਿਲਣਾ ਹੀ ਮਿਲਣਾ ਬਾਰਡਰ ਤੇ ਬੈਠੇ ਹੋਏ ਇੱਕ ਫੌਜੀ ਅਗਰ ਉਹ ਆਪਣੀ ਜਾਨ ਦਾਅ ਤੇ ਲਗਾ ਰਿਹਾ ਤੇ ਉਹਨੂੰ ਮੌਤ ਆਣੀ ਆਉਣੀ ਆ ਘਰ ਦੇ ਵਿੱਚ ਬੈਠੇ ਹੋਏ ਕੁਰਸੀ ਤੇ ਬੈਠੇ ਹੋਏ ਅਖਬਾਰ ਪੜ੍ਹਦੇ ਹੋਏ ਬੰਦੇ ਨੂੰ ਵੀ ਹਾਰਟ ਅਟੈਕ ਨਾਲ ਮੌਤ ਆ ਜਾਂਦੀ ਆ ਕਈ ਵਾਰੀ ਬੰਦਾ ਸੁੱਤੇ ਪਏ ਮਰ ਜਾਂਦਾ ਪਰ ਉਹਦਾ ਮਤਲਬ ਇਹ ਥੋੜ੍ਹੀ ਕਿ ਤੁਸੀਂ ਅਗਰ ਹੁਣ ਚਲੋ ਰੱਬ ਸਾਰਿਆਂ ਦੀ ਉਮਰਾਂ ਲੰਬੀਆਂ ਕਰੇ ਪਰ ਅਗਰ ਕਿਸੇ ਦੇ ਗੁਆਂਢ ਮੱਥੇ ਦੇ ਵਿੱਚ ਕਿਸੇ ਬਜ਼ੁਰਗ ਦੀ ਡੈਥ ਅਗਰ ਸੁੱਤੇ ਪਏ ਨਾ ਹੋ ਜਾਂਦੀ ਉਹਦਾ ਮਤਲਬ ਇਹ ਥੋੜ੍ਹੀ ਕਿ ਤੁਸੀਂ ਸੋਨਾ ਛੱਡ ਦਿੰਦੇ ਹੈ ਹਨਾ ਇੱਕ ਉੱਦਾਂ ਹੀ ਮਤਲਬ ਕਹਿ ਲਓ ਲੌਜਿਕ ਆ ਗੱਲ ਦੇ ਪਿੱਛੇ ਬਿਮਾਰ ਹੋ ਜਾਣਾ ਫਿਰ ਤੁਸੀਂ ਵੀਡੀਓ ਪਾ ਦੇਣੀ ਆ ਏਦਾਂ ਏਦਾਂ ਦੇਖੋ ਵੀਡੀਓ ਪਾਈ ਉਹਦੇ ਵਿੱਚ ਆਪਾਂ ਇਹ ਪਾਈ ਆਪਾਂ ਇੱਕ ਤੁਹਾਨੂੰ ਸਾਰਿਆਂ ਨੂੰ ਜਦੋਂ ਇੱਕ ਆਊਟਬ੍ਰੇਕ ਹੁੰਦਾ ਆ ਸਾਡੇ ਨਾਲ ਹੋਇਆ ਆਪਾਂ ਨਹੀਂ ਚਾਹੁੰਦੇ ਸੀ ਕਿ ਤੁਹਾਡੇ ਨਾਲ ਹੋਵੇ ਤੁਹਾਨੂੰ ਕਹਿ ਲਓ ਦੱਸਣ ਲਈ ਕਿ ਹਜੇ ਨਾ ਨਿਕਲੋ ਹੁਣ ਤਾਂ ਨਿਕਲੋ ਹੁਣ ਕੀ ਆ ਹੁਣ ਕੁਛ ਨਹੀਂ ਹੈਗਾ ਸਾਰੇ ਡਬਲ ਵੈਕਸੀਨੇਟਡ ਆ ਵੈਕਸੀਨਾਂ ਲੱਗੀਆਂ ਹੋਈਆਂ ਆ ਹੁਣ ਤਾਂ ਵੈਸੇ ਵੀ ਇਮਿਊਨਿਟੀਆਂ ਬਣ ਗਈਆਂ ਲੋਕਾਂ ਦੇ ਵਿੱਚ ਅਤੇ ਹੁਣ ਤਾਂ ਵੈਸੇ ਵੀ ਤੁਹਾਡੇ ਅੰਦਰ ਉਸ ਚੀਜ਼ ਨਾਲ ਲੜਨ ਦੀ ਸ਼ਕਤੀ ਹੈਗੀ ਅਗਰ ਤੁਸੀਂ ਫਿੱਟ ਐਂਡ ਫਾਈਨ ਤਾਂ ਤੁਹਾਨੂੰ ਕੋਈ ਕੰਸਰਨ ਹੀ ਨਹੀਂ ਹੈਗਾ ਤਾਂ ਬਿਮਾਰੀਆਂ ਦਾ ਬਿਮਾਰੀ ਨਹੀਂ ਇਹ ਥੋੜ੍ਹੀ ਦੇਖਣ ਦੇ ਨੇੜੇ ਦੇਖਣਾ ਕਿ ਵੀ ਹਾਂ ਵੀ ਨਹੀਂ ਇਹ ਬੰਦਾ ਘੁੰਮਣ ਗਿਆ ਤਾਂ ਮੈਂ ਇਹਨੂੰ ਹੀ ਹੋਣਾ ਅਤੇ ਇਹ ਬੰਦਾ ਕੰਮ ਨੂੰ ਗਿਆ ਨਹੀਂ ਨਹੀਂ ਇਹਨੂੰ ਨਹੀਂ ਹੋਣਾ ਬਿਮਾਰੀ ਦੇ ਕਿਸੇ ਨੂੰ ਦੱਸਾਂਗੇ ਹਰ ਗੱਲ ਦੇ ਕਹਿੰਦੇ ਨਾ ਦੋ ਪਹਿਲੂ ਹੁੰਦੇ ਆ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹਾਂ ਸਿੱਕੇ ਦੇ ਵੀ ਦੋ ਪਹਿਲੂ ਹੁੰਦੇ ਆ ਬੈਡ ਵੀ ਆ ਤੇ ਦੋਨੋਂ ਸੋਚ ਕੇ ਚੱਲੋ ਹਮੇਸ਼ਾ 네ਗੇਟਿਵ ਹੋ ਕੇ ਨਹੀਂ ਚੱਲਣਾ ਚਾਹੀਦਾ ਤੇ ਅਗਰ ਤੁਹਾਨੂੰ ਕੁਝ ਵੀ ਲੱਗਦਾ ਕਮੈਂਟ ਕਰਕੇ ਸਾਨੂੰ ਰਿਵਿਊ ਆਪਣੇ ਜ਼ਰੂਰ ਦਿਆ ਕਰੋ ਤਾਂ ਹੀ ਸਾਨੂੰ ਪਤਾ ਲੱਗਦਾ ਕਿ ਮਾੜੇ ਚੰਗੇ ਜਿੱਦਾਂ ਦੇ ਵੀ ਆ ਰਿਵਿਊ ਦਿਓ ਆਪਣੇ ਰਿਵਿਊਜ਼ ਇਸ ਕਰਕੇ ਕਹਿ ਰਹੀ ਮੈਂ ਤੁਹਾਨੂੰ ਲਾਈਕ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਹਾਂ ਇਹ ਕਮੈਂਟ ਕੀਤਾ ਕਿਸੇ ਨੇ ਅਤੇ ਇਹਦੇ ਵਿੱਚ ਆਪਾਂ ਦੇਖਾਂਗੇ ਇਹਨੂੰ ਆਪਾਂ ਇੰਪਰੂਵ ਕਰਾਂਗੇ ਜੋ ਵੀ ਤੁਸੀਂ ਕਹੋਗੇ ਤੇ ਹੈ ਨਾ ਅਤੇ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ ਇਹਨਾਂ ਸਾਲਾਂ ਤੋਂ ਸਾਨੂੰ ਪਿਆਰ ਕਰਨ ਲਈ ਥੈਂਕ ਯੂ ਵੈਰੀ ਮੱਚ ਅਤੇ ਹੁਣ ਆਪਾਂ ਅੱਗੇ ਵਲੌਗ ਨੂੰ ਕੰਟੀਨਿਊ ਕਰਦੇ ਆਪਾਂ ਪਾਣੀਪੁਰ ਪਹੁੰਚ ਗਏ ਹਾਂ ਅਤੇ ਹੁਣ ਇਹ ਨਾ ਸਾਨੂੰ ਗਰੁੱਪਸ ਦੇ ਵਿੱਚ ਮੈਸੇਜਿਸ ਆਉਣੇ ਸ਼ੁਰੂ ਹੋਏ ਅਤੇ ਬੜੇ ਸਾਰੇ ਗਰੁੱਪਸ ਦੇ ਵਿੱਚ ਚੈਟ ਚੱਲ ਰਹੀ ਸੀ ਮੈਂ ਖੋਲ੍ਹ ਕੇ ਦੇਖਿਆ ਅਤੇ ਉਹਦੇ 'ਚ ਆਇਆ ਕਿ ਸਿੱਧੂ ਮੂਸੇਵਾਲਾ ਦੀ ਡੈਥ ਹੋ ਗਈ ਹੈ ਕਿਲ ਕਿਸੇ ਨੇ ਹੈਡਸ਼ੋਟ ਕੀਤਾ ਪਤਾ ਨਹੀਂ ਸ਼ੋਟ ਡੈਡ ਹੈ ਨਾ ਅਤੇ ਇਹ ਤਾਂ ਪਹਿਲਾਂ ਮੈਂ ਇਹਨਾਂ ਨੂੰ ਦੱਸਿਆ ਕਹਿੰਦੇ ਕਿ ਐਵੇਂ ਝੂਠ ਬੋਲਦੀ ਪਈ ਸਿੱਧੂ ਮੂਸੇਵਾਲੇ ਦਾ ਗਾਣਾ ਤੇ ਨਾ ਮੈਂ ਨਾ ਗੱਲ ਖਬਰਾਂ ਚ ਆਉਂਦਾ ਤੇਰਾ ਨਾਮ ਤੇ ਨਾ ਮੈਂ ਨਾ ਇਹਨਾਂ ਨੂੰ ਕਹਿਣ ਹੀ ਲੱਗੀ ਸੀਗੀ ਮੈਂ ਕਿਹਾ
ਇਦਾਂ ਦੇ ਗਾਣੇ ਆਉਂਦੇ ਮੈਨੂੰ ਤਾਂ ਲੱਗਦਾ ਕੋਈ ਕਿਸੇ ਨੂੰ ਇੱਦਾਂ ਮਾਰ ਹੀ ਨਾ ਦੇਵੇ ਪਤਾ ਨਹੀਂ ਕੀ ਹੈ ਕਿਉਂਕਿ ਹਰ ਗਾਣੇ ਦੇ ਵਿੱਚ ਇੱਦਾਂ ਦੀ ਕੋਈ ਸਟੋਰੀ ਹੁੰਦੀ ਹੈ ਕਿ ਜਿੱਦਾਂ ਕੋਈ ਕਿਸੇ ਨਾਲ ਬੈਰ ਨਹੀਂ ਚੱਲ ਰਿਹਾ ਹੁੰਦਾ ਇੱਦਾਂ ਦਾ ਕੁਛ ਅਤੇ ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚ ਅੱਜ ਹੀ ਆਇਆ ਇੱਦਾਂ ਅਤੇ ਉਹ ਆਪਾਂ ਹੁਣੇ ਜਦੋਂ ਖੋਲ੍ਹਿਆ ਹੁਣੇ ਇੰਸਟਾਗ੍ਰਾਮ ਖੋਲ੍ਹਿਆ ਸਾਰੇ ਪਾਸੇ ਸਿੱਧੂ ਮੂਸੇਵਾਲਾ ਮਾਰਤਾ ਆਪਾਂ ਇਸੇ ਚੀਜ਼ ਦੀ ਗੱਲ ਕਰ ਰਹੇ ਦੋ ਮਿੰਟ ਕਿਉਂਕਿ ਕਿਉਂਕਿ ਆਪਾਂ ਆਪਾਂ ਹਰ ਚੀਜ਼ ਨਾਲ ਲੜ ਸਕਦੇ ਹਾਂ ਹੈ ਨਾ ਪਰ ਸਾਹਮਣੇ ਖੜੀ ਮੌਤ ਤੋਂ ਨਹੀਂ ਆਪਾਂ ਲੜ ਸਕਦੇ ਉਹਦਾ ਨਹੀਂ ਮੁਕਾਬਲਾ ਕੋਈ ਵੀ ਜਿਹਦੀ ਜਦੋਂ ਲਿਖੀ ਹੈ ਨਾ ਉਹਨੇ ਉਦੋਂ ਜਾਣਾ ਹੀ ਹੈ ਸਾਹਮਣੇ ਖੜੇ ਬੰਦਾ ਅਗਰ ਤੁਹਾਨੂੰ ਗੋਲੀ ਵੀ ਮਾਰ ਦੇ ਨਾ ਪਰ ਜੇ ਤੁਹਾਡੀ ਨਹੀਂ ਲਿਖੀ ਨਾ ਉਸ ਟਾਈਮ ਤੇ ਤੁਸੀਂ ਉਸ ਗੋਲੀ ਨਾਲ ਵੀ ਨਹੀਂ ਮਰੋਗੇ ਪਰ ਜਦੋਂ ਤੁਹਾਡੇ ਸਾਹਮਣੇ ਮੌਤ ਖੜੀ ਹੈ ਨਾ ਜਦੋਂ ਉਹਨੇ ਕਹਿ ਦਿੱਤਾ ਤੁਹਾਨੂੰ ਲੈ ਕੇ ਜਾਣਾ ਹੀ ਜਾਣਾ ਤੇ ਉਹਨੇ ਤੁਹਾਨੂੰ ਲੈ ਕੇ ਜਾਣਾ ਹੀ ਜਾਣਾ ਇਹ ਮਾੜੀ ਖਬਰ ਸੁਣ ਕੇ ਜੀ ਹੀ ਨਹੀਂ ਕੀਤਾ ਕਿ ਅਸੀਂ ਅੱਗੇ ਵਲੌਗ ਕੰਟੀਨਿਊ ਕਰੀਏ ਅੱਜ 14 ਜੂਨ ਅਤੇ 3 ਹਫ਼ਤੇ ਬਾਅਦ ਵੀ ਇਹ ਖਿਆਲ ਦਿਲ 'ਚੋਂ ਨਹੀਂ ਜਾ ਰਿਹਾ ਜਿਹਨੂੰ ਰੋਜ਼ ਸੁਣੀਦਾ ਸੀ ਰੋਜ਼ ਜਿਹਨੂੰ ਸੋਸ਼ਲ ਮੀਡੀਆ 'ਤੇ ਦੇਖਦੇ ਸੀ ਜਿਹਦੇ ਗਾਣੇ ਸਾਡੀ ਆਮ ਜ਼ਿੰਦਗੀ ਦਾ ਪਾਰਟ ਬਣ ਗਏ ਸੀ ਅੱਜ ਉਹੀ ਚਲਾ ਗਿਆ ਹੈ ਸਿਰਫ ਸਾਡੇ ਹੀ ਨਹੀਂ ਪੂਰੇ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਇਹ ਦੁੱਖ ਬਹੁਤ ਜ਼ਿਆਦਾ ਹੈ ਜਿਵੇਂ ਕੋਈ ਆਪਣਾ ਛੱਡ ਕੇ ਚਲਾ ਗਿਆ ਹੋਵੇ ਵਾਹਿਗੁਰੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਦੇ ਮਾਂ ਪਿਓ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ